これ下に。ਦਾਮਤ ਆ ਕਿ ਪੰਜਾਬੀ ਹੁੰਦਿਆਂ ਹੋਇਆ ਹੁਸ਼ਿਆਰਪੁਰ ਜ਼ਿਲ੍ਹੇ ਦਾ ਬਣਿਆ ਉਹ ਨਾਮਿਆਣੀ ਪਠਾਣਾ ਦਾ ਲੇਕਿਨ ਮੈਂ ਇੱਕ ਜਿਸ ਤਰ੍ਹਾਂ ਉਰਦੂ ਬੋਲਣ ਦਾ ਅਤੇ ਉਰਦੂ ਲਿਖਣ ਦਾ ਆਰਜ਼ਾ ਹੋ ਜਾਏ ਨਾ ਕਿਸੇ ਬੰਦੇ ਨੂੰ ਬਿਮਾਰੀ ਉਹ ਸਾਨੂੰ ਪੰਜਾਬ 'ਚ ਪੈਦਾ ਹੋ ਗਈ ਅਤੇ ਮੈਨੂੰ ਬੜਾ ਅਫਸੋਸ ਆ ਕਿ ਮੈਂ ਮਦਰ ਦੀ ਤਰ੍ਹਾਂ ਨਹੀਂ ਕਰ ਸਕਦਾ ਪੰਜਾਬੀ ਔਰ ਮੈਂ ਬੜਾ ਹੈਰਾਨ ਹਾਂ ਕਿ ਇੱਥੇ ਇੰਨੇ ਵੱਡੇ ਵੱਡੇ ਲੋਕ ਆਏ ਆ ਔਰ ਪ੍ਰੋਫੈਸਰ ਅਮੀਨ ਮੁਗਲ ਜੈਸਾ ਬੰਦਾ ਜਿਹੜਾ ਕਦੀ ਕਿਸੇ ਦੀ ਤਾਰੀਫ ਨਹੀਂ ਕਰਦਾ ਬੜਾ ਵੱਡਾ ਵਾਕਿਆ ਹੈ ਸਾਨੂੰ ਤਾਂ ਚਲਦੀ ਰਹੀ ਆ ਕਿ ਸਾਡੀ ਵੀ ਕਦੀ ਤਾਰੀਫ ਕਰੇ ਅਮੀਨ ਮੁਗਲ ਉਹਨੇ ਕਦੀ ਨਹੀਂ ਕੀਤੀ ਇਸ ਵਾਸਤੇ ਮੈਂ ਮਦਰ ਨੂੰ ਮੁਬਾਰਕਬਾਦ ਪੇਸ਼ ਕਰਦਾ ਔਰ ਮਦਰ ਦੀ ਇਹ ਤਕਰੀਬ ਆ ਅਤੇ ਮਦਰ ਇਸ ਮਹਿਫਲ ਦਾ ਦੂਲਾ ਅਤੇ ਅਸੀਂ ਇਹਦੇ ਬਣਾਉਂਦੇ ਨਾ ਬਰਾਤੀ ਉਹ ਹੈਗੇ ਹਾਂ ਅਤੇ ਉਹਦੀ ਮੌਜੂਦਗੀ ਜ ਮੇਰਾ ਖਿਆਲ ਹੈ ਕਿ ਮੈਨੂੰ ਸਵਾਏ ਤਾਰੀਫ ਦੇ ਔਰ ਖੁਸ਼ੀ ਦੇ ਇਹਦੇ ਇਜ਼ਹਾਰ ਦੇ ਇਲਾਵਾ ਕੁਛ ਨਹੀਂ ਕਹਿਣਾ ਚਾਹੀਦਾ ਅਤੇ ਮੈਨੂੰ ਕੋਈ ਸ਼ਰਮਾਉਂਦਾ ਰਹੇ ਨਾ ਸ਼ਰਮਿੰਦਾ ਕਰਦਾ ਰਹੇ ਕਿ ਤੂੰ ਵੀ ਕੁਛ ਕਹਿ ਇੱਕ ਵਾਰੀ ਸਾਡੇ ਉੱਥੇ ਲਾਹੌਰ 'ਚ ਕੁਛ ਪੰਜਾਬ ਦੇ ਲੋਕ ਆ ਗਏ ਅਤੇ ਹਿੰਦੁਸਤਾਨ ਨੂੰ ਰਾਜਾ ਗਜ਼ਨਫਰ ਅਲੀ ਖਾਨ ਉਸ ਵੇਲੇ ਸਫੀਰ ਨਹੀਂ ਸੀਗਾ ਲੇਕਿਨ ਉਹਦੇ ਬਾਅਦ ਹੋਇਆ ਹਿੰਦੁਸਤਾਨ ਦਾ ਅਤੇ ਮੈਨੂੰ ਅਬਦੁੱਲਾ ਭੱਟ ਨੇ ਕਿਹਾ ਅਬਦੁੱਲਾ ਭੱਟ ਪੁਰਾਣਾ ਨੈਸ਼ਨਲਿਸਟ ਸੀਗਾ ਉਹਨੇ ਕਿਹਾ ਤੂੰ ਕੋਈ ਗਜ਼ਲ ਪੰਜਾਬੀ 'ਚ ਵੀ ਜਿਸਲਾ ਅਤੇ ਮੈਂ ਉੱਥੇ ਉਸਦੀ ਲਿਖਣੀ ਪੈ ਗਈ ਉਹ ਗਜ਼ਲ ਮੈਂ ਕੀ ਲਿਖ ਲਈ ਮੈਂ ਵੀ ਪੰਜਾਬੀ ਦਾ ਸ਼ਾਇਰ ਬਣ ਗਿਆ ਕਹਿਣ ਲੱਗ ਪਏ ਲੋਕ ਅਗਰ ਪਾਣੀ ਤੁਰੇ ਜਾਣਾ ਇੱਕ ਤਾਂ ਮੈਂ ਪਿਛਲੇ ਇੱਕ ਸਾਲ ਤੋਂ ਨਵਾਂ ਹੀ ਬਿਮਾਰ ਚਲਾ ਰਿਹਾ ਕਈ ਓਪਰੇਸ਼ਨ ਹੋ ਚੁੱਕੇ ਕਦੀ ਕਦਾਂ ਚੰਗੀ ਗੱਲ ਕਹਿ ਜਾਂਦਾ ਚੰਗੀ ਗੱਲ ਕਹਿ ਜਾਂਦਾ ਏ ਲੱਖ ਪੂਜੋ ਚੜ੍ਹਦੇ ਸੂਰਜ ਨੂੰ ਆਖਿਰ ਲੈ ਜਾਂਦਾ ਚੰਗੀ ਗੱਲ ਕਹਿ ਜਾਂਦਾ ਬਾਜ ਤੇਰੇ ਦਿਲ ਦੇ ਸੋਚੀ ਦਿਲ ਦੀ ਹਾਲਤ ਕੀ ਦੱਸਾਂ ਕਦੀ ਕਦੀ ਥੱਕਿਆ ਰਾਹੀ ਰਸਤੇ ਵਿੱਚ ਬਹਿ ਜਾਂਦਾ ਏ
ਕੇ ਜਾਂਦਾ ਏ ਲੱਖ ਪੂਜੋ ਚੜਦੇ ਸੂਰਜ ਨੂੰ ਆਖਿਰ ਲੈ ਜਾਂਦਾ ਏ ਸਾਂਦ ਮੋਰ ਵਸੇ